ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਖੌਤੀ ਸਿੱਖ ਪ੍ਰਚਾਰਕਾਂ ਨੂੰ ਲੰਬੇ ਹੱਥੀ ਲਿਆ ਤੇ ਕਿਹਾ ਕਿ ਕੁਝ ਪ੍ਰਚਾਰਕ ਅਜਿਹੇ ਨੇ ਜਿਹੜੇ ਆਪਣੇ ਨਿੱਜੀ ਚੈਨਲ ਬਣਾ ਕੇ ਤੇ ਉਹਨਾਂ ਰਾਹੀਂ ਉਹ ਆਪਣੀ ਝੂਠੀ ਸ਼ੋਹਰਤ ਅਤੇ ਸੋਸ਼ਲ ਮੀਡੀਆ ਤੇ TRP ਵਧਾਉਣ ਦੇ ਲਾਲਚ ਹੇਠ ਸਿੱਖ ਇਤਿਹਾਸ ਨੂੰ ਵਿਗਾੜ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਕਿਸੇ ਨੂੰ ਵੀ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਉਹ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣ ਕਿਉਂਕਿ ਪਿਛਲੇ ਦਿਨੀ ਇੰਗਲੈਂਡ ਦੇ ਵਿੱਚ ਹਰਿੰਦਰ ਸਿੰਘ ਨਾਂ ਦੇ ਅਖੌਤੀ ਪ੍ਰਚਾਰਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕੁਝ ਮਨਘੜਤ ਗੱਲਾਂ ਕੀਤੀਆਂ ਸੀ ਜਿਸ ਦੇ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ ਜਿਸ ਦੇ ਵਿਰੋਧ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਨੁੱਖਤਾ ਲਈ ਕੀਤੇ ਪੁਕਾਰਾਂ ਨੂੰ ਅਸੀਂ ਕਈ ਜਨਮ ਲੈ ਕੇ ਵੀ ਨਹੀਂ ਉਤਾਰ ਸਕਦੇ ਤੇ ਗੁਰੂ ਸਾਹਿਬਾਨਾਂ ਤੇ ਸ਼ੰਕੇ ਪ੍ਰਗਟ ਕਰਕੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰ ਰਹੇ ਪ੍ਰਚਾਰਕਾਂ ਨੂੰ ਸਿੱਖ ਸੰਗਤਾਂ ਮੂੰਹ ਨਾ ਲਾਉਣ। ਕੁਝ ਪ੍ਰਚਾਰਕ ਅਜਿਹੇ ਹੈ ਜਿਹੜੇ ਆਪਣੇ ਨਿੱਜੀ ਚੈਨਲ ਬਣਾ ਕੇ ਤੇ ਉਹਨਾਂ ਰਾਹੀਂ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਤੇ ਫੋਕੀ ਜਿਹੜੀ ਹੈ ਸ਼ੋਹਰਤ ਨੂੰ ਹਾਸਲ ਕਰਨ ਦੇ ਵਿੱਚ ਚੱਕਰ ਦੇ ਵਿੱਚ ਸਿੱਖ ਸਿਧਾਂਤਾਂ ਤੇ ਸਿੱਖ ਇਤਿਹਾਸ ਬਾਰੇ ਬੇਤੁਕੀਆਂ ਬੇਹੁਦੀਆਂ ਜਿਹੜੀਆਂ ਨੇ ਉਹ ਗੱਲਾਂ ਕਰ ਰਹੇ ਨੇ, ਪਰ ਇਹ ਬੇਥਵੀਆਂ ਬੇਹੁਦੀਆਂ ਗੱਲਾਂ ਜਿਹੜੀਆਂ ਹੈ ਸਿੱਖ ਕੌਮ ਕਦੇ ਵੀ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰੂਗੀ, ਚਾਹੇ ਉਹ ਕੋਈ ਵੀ ਪ੍ਰਚਾਰਕ ਹੋਵੇ, ਛੋਟਾ ਹੋਵੇ ਵੱਡਾ ਹੋਵੇ। ਤੇ ਪ੍ਰਚਾਰਕਾਂ ਨੂੰ ਜਿਹੜਾ ਹੈ ਉਹ ਸੰਭਲ ਕੇ ਬੋਲਣਾ ਚਾਹੀਦਾ ਹੈ, ਤੱਥ ਰਹਿਤ ਗੱਲਾਂ ਜਿਹੜੀਆਂ ਉਹ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ। ਗੁਰੂ ਨਾਨਕ ਸਾਹਿਬ ਬਾਰੇ UK ਦੇ ਇੱਕ ਪ੍ਰਚਾਰਕ ਨੇ ਬੜੀ ਹੀ ਘਟੀਆ ਕਿਸਮ ਦੀ ਪੱਧਰ ਦੀ ਸ਼ਬਦਾਵਲੀ ਵਰਤਦਿਆਂ ਬੇਹੁਦੀ ਜਿਹੜੀ ਹੈ ਉਹ ਮਾਰੀ ਹੈ, ਆਪ ਹੁਦਨੀ ਜਿਹੜੀ ਹੈ ਉਹਨੇ ਗੱਲ ਕੀਤੀ ਹੈ, ਤੇ ਇਹ ਗੱਲ ਜਿਹੜੀ ਹੈ ਬਹੁਤ ਹੀ ਜ਼ਿਆਦਾ ਨਿੰਦਣ ਯੋਗ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤਾਂ ਆਈਆਂ ਨੇ, ਬਿਲਕੁਲ ਇਹੋ ਜਿਹੇ ਪ੍ਰਚਾਰਕਾਂ ਦਾ ਜਿਹੜਾ ਹੈ ਉਹ ਮੂੰਹ ਬੰਦ ਕਰਨਾ ਬਹੁਤ ਜ਼ਰੂਰੀ ਹੈ, ਤੇ ਨਹੀਂ ਤਾਂ ਸਾਡਾ ਸਿੱਖ ਇਤਿਹਾਸ ਸਿੱਖ ਸਿਧਾਂਤ ਜਿਹੜਾ ਹੈ ਇਹ ਰੋਲ ਕੇ ਰੱਖ ਦੇਣਗੇ, ਮਲੀਆ ਮੇਟ ਕਰ ਦੇਣਗੇ ਜੇ ਇਹਨਾਂ ਨੂੰ ਜਿਹੜਾ ਹੈ ਉਹ ਨਾ ਰੋਕਿਆ ਗਿਆ ਤਾਂ। ਮੈਂ ਸਿੱਖ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਕਿਤੇ ਇਹੋ ਜਿਹਾ ਕੋਈ ਪ੍ਰਚਾਰਕ ਬੇਥਵੀ ਬੇਹੁਦਾ ਗੱਲ ਕਰਦਾ ਤੇ ਉਹਨੂੰ ਜਿਹੜਾ ਹੈ ਉਹ ਪੁੱਛਿਆ ਜਾਵੇ। ਇਹ ਲੋਕਾਂ ਕੋਲੇ ਜਿਹੜਾ ਹੈ ਉਹ ਕਹਿੰਦੇ ਨੇ ਕਿ ਆਹ ਸਵਾਲ ਦਾ ਜਵਾਬ ਦੇਣਾ ਚਾਹੀਦਾ, ਆਹ ਸਵਾਲ ਦਾ ਜਵਾਬ ਦੇਣਾ ਚਾਹੀਦਾ, ਪਰ ਜਦੋਂ ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ ਤੇ ਇਹ ਜਵਾਬ ਦੇਣ ਤੋਂ ਭੱਜਦੇ ਆ, ਤੇ ਇਹਨਾਂ ਨੂੰ ਭੱਜਣਾ ਨਹੀਂ ਚਾਹੀਦਾ, ਸਵਾਲਾਂ ਦੇ ਜਵਾਬ ਦੇਣੇ ਚਾਹੀਦੇ।